ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜੂਨ 1984 ਦਾ ਦਰਦ ਆਖਿਰ ਕੌਣ ਭੁੱਲ ਸਕਦਾ ਹੈ। ਹਰ ਕਿਸੇ ਦੇ ਦਿਲ ਦੇ ਵਿੱਚੋਂ, ਜ਼ਹਿਨ ਦੇ ਵਿੱਚੋਂ ਇੱਕੋ ਹੀ ਆਵਾਜ਼ ਆਉਂਦੀ ਹੈ, ਕਾਸ਼ ਉਹ ਮਾੜਾ ਸਮਾਂ ਕੌਮ ਉੱਤੇ ਕਦੀ ਆਇਆ ਨਾ ਹੁੰਦਾ, ਕਾਸ਼ ਉਹ ਮਾੜੀ ਘੜੀ ਕਦੀ ਕੌਮ ਉੱਤੇ ਆਈ ਨਾ ਹੁੰਦੀ। ਪਰ ਉਹ ਕੁਝ ਸ਼ੇਰ ਦੀਆਂ ਖੱਲਾਂ ਵਿੱਚ ਲੁਕੇ ਹੋਏ ਗਿੱਦੜ ਹੀ ਸਨ, ਜਿਨ੍ਹਾਂ ਦੇ ਕਰਕੇ ਕੌਮ ਨੂੰ ਉਹ ਮਾੜਾ ਸਮਾਂ ਵੇਖਣਾ ਪਿਆ ਸੀ। ਬੀਬੀ ਅਮਨਦੀਪ ਕੌਰ ਖਾਲਸਾ ਨੇ ਬਾਖੂਬ ਕਿਹਾ, ਹੋਰ ਸਾਲ ਜੇ ਥੋੜੇ ਸੰਤ ਜੀਉਂ ਦੇ ਰਹਿ ਜਾਂਦੇ, ਸੰਗ ਦਿਲਾ ਅੱਜ ਖੁੱਲ੍ਹੇ ਥਾਂ ਥਾਂ ਡੇਰੇ ਨਾ ਹੁੰਦੇ। ਜੀ ਹਾਂ, ਬਿਲਕੁਲ, ਬੀਬਾ ਨੇ ਬਿਲਕੁਲ ਸਹੀ ਆਖਿਆ, ਕਿਉਂਕਿ ਅਲੱਗ ਅਲੱਗ ਡੇਰੇ ਧੜੇ, ਅਲੱਗ ਅਲੱਗ ਮਰਿਆਦਾਵਾਂ ਬਣਾ ਕੇ ਅਸੀਂ ਕੌਮ ਨੂੰ ਜਿੰਨਾ ਵੰਡਿਆ ਹੈ, ਉਹਨਾਂ ਕਿਸੇ ਨੇ ਵੀ ਨਾ ਵੰਡਿਆ ਹੋਊਗਾ। ਹੁੰਦਾ ਵਿੱਚ ਅਸਮਾਨੀ ਉੱਡਦਾ ਬਾਜ ਜੇ ਕਲਗੀਆਂ ਵਾਲੇ ਦਾ, ਅੱਜ ਉਡਾਰੀਆਂ ਮਾਰਦ ਤਿੱਤਰ ਬਟੇਰੇ ਨਾ ਹੁੰਦੇ। ਪੰਥ ਤੇਰੇ ਵਿੱਚ ਦਾਤਾ ਜੇ ਕੁਸ ਬੈਠ ਜੇ ਹੁੰਦੀ ਨਾ, ਕੁਰਸੀਆਂ ਉੱਤੇ ਬੈਠੇ ਖੂਨੀ ਚਿਹਰੇ ਨਾ ਹੁੰਦੇ। ਬੇਅਦਬੀ ਕਾਂਡ ਦੇ ਦੋਸ਼ੀ ਫੜਨ ਕੋਈ ਔਖੇ ਨਹੀਂ ਸੀ, ਜ਼ਾਲਮ ਸਰਕਾਰੇ ਦਿਲ ਵਿੱਚ ਪਾਪ ਜੇ ਤੇਰੇ ਨਾ ਹੁੰਦੇ। ਹੋਰ ਥੋੜੇ ਜੇ ਸਾਲ ਜੇ ਸੰਤ ਜੀਓਂ ਦੇ ਰਹਿ ਜਾਂਦੇ, ਸੰਗ ਦਿਲਾ ਅੱਜ ਖੁੱਲ੍ਹੇ ਤਾਂ ਤਾਂ ਡੇਰੇ ਨਾ ਹੁੰਦੇ। ਸੰਗ ਦਿਲਾ ਅੱਜ ਖੁੱਲ੍ਹੇ ਤਾਂ ਤਾਂ ਡੇਰੇ ਨਾ ਹੁੰਦੇ। ਹੁੰਦਾ ਵਿੱਚ ਅਸਮਾਨੀ ਉੱਡਦਾ ਬਾਜ ਜੇ ਕਲਗੀਆਂ ਵਾਲੇ ਦਾ। ਅੱਜ ਲੋੜ ਹੈ ਕੌਮ ਨੂੰ ਇੱਕਜੁੱਟ ਹੋਣ ਦੀ, ਇੱਕ ਮੁੱਠ ਹੋਣ ਦੀ, ਤਾਂ ਜੋ ਪੂਰੀ ਦੀ ਪੂਰੀ ਸਿੱਖ ਕੌਮ ਚੜ੍ਹਦੀ ਕਲਾ ਵੱਲ ਜਾ ਸਕੇ, ਹਰ ਸਿੱਖ ਆਪਣਾ ਬਣਦਾ ਹੱਕ ਲੈ ਸਕੇ, ਪੰਜਾਬੀ ਸੂਬੇ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੱਕ ਦੇ ਹੱਕ ਮੰਗੇ ਜਾ ਸਕਣ। ਪਰ ਇਹ ਸਭ ਤਾਂ ਹੀ ਮੁਮਕਿਨ ਹੋਵੇਗਾ ਜੇਕਰ ਸਾਰੀ ਕੌਮ ਇੱਕਜੁੱਟ ਇੱਕ ਮੁੱਠ ਹੋਵੇਗੀ। ਪਰ ਰਾਜਨੀਤੀ ਵਿੱਚ ਆ ਕੇ ਸਾਡੇ ਆਪਣੇ ਹੀ ਵਿਕਾਊ ਜਿਹੇ ਨਜ਼ਰ ਆਉਂਦੇ ਨੇ, ਤਾਂ ਹੀ ਉਹ ਖਲਾਰਾ ਪਾ ਕੇ ਹੀ ਰੱਖਣਾ ਚਾਹੁੰਦੇ ਨੇ, ਤਾਂ ਜੋ ਕੌਮ ਕਦੀ ਇੱਕ ਹੋਵੇ ਨਾ ਤੇ ਸਿੱਖ ਆਪਣੀ ਧਰਤੀ ਤੇ ਹਿੱਕ ਠੋਕ ਕਦੀ ਖਲੋਵੇ ਨਾ। ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਵਿਅਕਤ ਕਰ ਹੀ ਸਕਦੇ ਹੋ। ਜੇ ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਵੇ, ਹੱਥ ਬੰਨ ਕੇ ਮਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।